ਸੋਸ਼ਲ ਮੀਡੀਆ ਜਿਸ ਉੱਪਰ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਹਰ ਕੋਈ ਪਾਗਲ ਹੈ। ਹਰ ਕੋਈ ਚਾਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਸਾਡੀ ਫ੍ਰੈਂਡਸ ਫੋਲੋਇੰਗ ਵੱਧ ਤੋਂ ਵੱਧ ਹੋਵੇ। ਉਸ ਲਈ ਉਹ ਕੁਛ ਵੀ ਕਰ ਸਕਦੇ ਨੇ। ਉਹ ਰੀਲਸ ਬਣਾਉਣ ਲੱਗੇ ਕੋਈ ਸੜਕ, ਕੋਈ ਗੱਡੀ ਜਾਂ ਫਿਰ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਦੇਖਦੇ ਕਿ ਉਹ ਉਹਨਾਂ ਲਈ ਸੇਫ ਹੈ ਜਾਂ ਨਹੀਂ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਗਾਜ਼ੀਆਬਾਦ ਯੂਪੀ ਤੋਂ, ਜਿੱਥੇ ਕਿ ਇੱਕ ਬੱਚੀ ਰੀਲ ਬਣਾਉਂਦੀ ਹੋਈ 6ਵੀਂ ਮੰਜ਼ਿਲ ਤੋਂ ਨੀਚੇ ਗਿਰ ਗਈ। ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਰੀਲ ਬਣਾਉਂਦੇ ਸਮੇਂ ਮੋਬਾਈਲ ਫੋਨ ਸੰਭਾਲਦੀ ਹੋਈ ਬੱਚੀ 6ਵੀਂ ਫਲੋਰ ਤੋਂ ਨੀਚੇ ਡਿੱਗ ਗਈ। ਸਥਾਨਕ ਲੋਕਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਬੱਚੀ ਦੇ ਦੋਵੇਂ ਪੈਰ ਫ੍ਰੈਕਚਰ ਹੋ ਗਏ ਤੇ ਬੱਚੀ ਪੂਰੀ ਤਰ੍ਹਾਂ ਜ਼ਖਮੀ ਹੋ ਗਈ। ਪਲੰਘੀ ਸੀਟ ਖਿੜਕੀ ਨਹੀਂ ਖੁੱਲ੍ਹੀ। ਪਤਾ